ਸੌਕਰ ਦੁਨੀਆ ਭਰ ਵਿੱਚ ਖੇਡੀ ਜਾਂਦੀ ਹੈ। ਇਸੇ ਕਾਰਨ ਸੌਕਰ ਵਿੱਚ ਬਹੁਤ ਸਾਰੇ ਬੱਚੇ ਖੇਡਦੇ ਹਨ। ਜ਼ਿਆਦਾ ਖਿਡਾਰੀ ਹੋਣ ਕਾਰਨ ਕਿਸੇ ਵਧੀਆ ਟੀਮ ਵਿੱਚ ਜਗ੍ਹਾ ਬਣਾਉਣਾ ਵੀ ਉਨਾ ਹੀ ਮੁਸ਼ਕਲ ਹੋ ਜਾਂਦਾ ਹੈ, ਪਰ ਲਗਨ ਅਤੇ ਸਖ਼ਤ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਡੈਰਕ ਬਾਸੀ ਵੀ ਇੱਕ ਅਜਿਹਾ ਪੰਜਾਬੀ ਗੱਭਰੂ ਹੈ ਜੋ ਸੌਕਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਮੈਂ 6 ਸਾਲਾਂ ਦਾ ਸੀ, ਸ਼ੁਰੂ ਕੀਤੀ ਅਸੀਂ ਪਹਿਲਾਂ ਡੈਰੀ ਜੀ ਮੇਰਾ ਕੁਲਵਿੰਦਰ ਸਿੰਘ ਬਾਸੀ, ਉਹਨਾਂ ਨੇ ਮੈਨੂੰ ਪਹਿਲਾਂ ਪਾਇਆ ਸੀ GN ਸਪੋਰਟਿੰਗ ਕਲੱਬ 'ਚ, ਅਤੇ ਉਦੋਂ ਤੱਕ ਅਸੀਂ ਖੇਡੀ ਜਾਂਦੇ ਹਾਂ। ਹਾਂਜੀ, ਸਾਡੇ ਪਿਤਾ ਜੀ ਕੁਲਵਿੰਦਰ ਸਿੰਘ ਬਾਸੀ ਅਤੇ ਬਾਬਾ ਜੀ ਜਗਰਾਜ ਸਿੰਘ ਬਾਸੀ, ਅਸੀਂ 2 ਇੰਡੀਆ ਖੇਡੇ ਅਤੇ ਗੱਲ ਇਹਦਾ ਸੀ ਚਾਂਸ ਨਹੀਂ ਮਿਲਿਆ, ਨਾ ਕੋਈ ਓਪਰਚੁਨਿਟੀ ਮਿਲੀ, ਇਹਦਾ ਕੋਈ ਗੱਲ ਸਹੀ ਨਹੀਂ ਉੱਥੇ ਇੰਡੀਆ, ਅਤੇ ਹੁਣ ਮੈਨੂੰ ਥੋੜ੍ਹਾ ਮੇਰਾ ਇੱਥੇ ਪੈਰ ਥੋੜ੍ਹਾ ਲਗਾਇਆ, ਹੁਣ ਟਰਾਈ ਕਰੂੰਗੇ ਕੁਛ ਵਧੀਆ ਬਣੂ। ਬਹੁਤ ਜ਼ਿਆਦਾ ਅਤੇ ਸਭ ਤੋਂ ਜ਼ਿਆਦਾ ਬੜੀ ਇਹ ਚੀਜ਼ ਆ, ਮਿਹਨਤ ਕਰਨੀ ਪੈਂਦੀ ਆ। ਹੁਣ ਜੇ ਮਿਹਨਤ ਨਾ ਕਰੀਏ, ਸਾਡੇ ਜ਼ਿਆਦਾ ਹੋਰ ਪਲੇਅਰ ਆ ਉਹ ਕਰੀ ਜਾਂਦੇ ਆ, ਤੁਸੀਂ ਜਿਹੜਾ ਬੈਕ ਹੁੰਦੇ ਆ, ਮਿਹਨਤ ਕਰਨੀ ਆ, ਖਾਣਾ ਪੀਣਾ ਵੀ ਵਧੀਆ ਕਰਨਾ ਆ, ਕੋਚ ਵੀ ਵਧੀਆ ਮਿਲੇ, ਤਾਂ ਜਿਹੜੀ ਡੈਡੀਕੇਸ਼ਨ ਆ ਇੱਕ ਚਾਹੀਦਾ, ਪਿੱਛੇ ਹੈ ਨਾ ਕੋਈ ਸਪੋਰਟ ਗਰੁੱਪ ਚਾਹੀਦੀ ਆ, ਅਤੇ ਉਹ ਮੇਰਾ ਪਰਿਵਾਰ ਆ, ਹੈ ਨਾ, ਸਾਰੀ ਫੈਮਿਲੀ ਮੈਨੂੰ ਤੱਕਿਆ ਉਹਨਾਂ ਨੇ ਪਿੱਛੇ, ਹੈ ਨਾ, ਖੇਡੀ ਜਾ, ਪੈਸਿਆਂ ਦਾ ਕੋਈ ਵੜੀ ਨਾ ਕਰ, ਹੈ ਨਾ, ਤੂੰ ਇੰਜੋਏ ਕਰ ਆਪਣੀ ਲਾਈਫ, ਰਾਈਟ। ਅਤੇ ਮੈਂ ਖੇਡੀ ਗਿਆ ਅਤੇ ਦਿਲ ਖੁਸ਼ ਸੀ ਮੇਰਾ, ਵਧੀਆ ਨਾਲ ਖੇਡੀ ਗਿਆ। ਹੁਣ ਇੰਨੀ ਉਹਨਾਂ ਨੇ ਨਾ ਪੈਸੇ ਦਿੱਤੇ ਆ, ਸਪੋਰਟ ਦਿੱਤੀ ਆ, ਮੈਂ ਕਿਹਾ ਬਣ ਕੇ ਦਿਖਾ ਲਾਂ ਸਾਰੀ ਫੈਮਿਲੀ ਨੂੰ, ਕਮਿਊਨਿਟੀ ਨੂੰ, ਹੈ ਨਾ, ਸਾਰੇ ਕੈਨੇਡਾ ਨੂੰ ਦਿਖਾ ਦਈਏ, ਇੱਕ ਮੁੰਡਾ ਹੈਗਾ ਪੰਜਾਬੀ ਜਿਹੜਾ ਖੇਡਦਾ ਆ, ਹੈ ਨਾ। ਨੈਸ਼ਨਲ ਤਾਂ ਇੱਥੇ ਜੋ ਪਹਿਲਾਂ ਵਾਰੀ ਆਏ ਸੀ ਥੋੜ੍ਹਾ ਕੁ ਨਰਵਸ ਸੀ, ਇਕੱਲਾ ਪੰਜਾਬੀ ਸੀ, ਹਜੇ ਪਤਾ ਨਹੀਂ ਸੀ ਕੀ ਪ੍ਰੋਸੀਜਰ ਆ, ਹੈ ਨਾ, ਕਿੱਦਾਂ ਖੇਡਣਾ, ਕੀ ਸਟਾਈਲ ਆ, ਬਟ ਮਹੀਨੇ ਦੇ ਬੈਚ ਪਤਾ ਲੱਗ ਗਿਆ ਦੈਟ ਸਟਾਈਲ, ਫਿਜ਼ੀਕੈਲਿਟੀ, ਮੈਂਟੈਲਿਟੀ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ। ਮੈਂ ਇਸ ਟੀਮ ਦਾ ਕੈਪਟਨ ਹਾਂ ਅਤੇ ਸਾਰੇ ਕੋਚ ਸਾਰੇ ਖੁਸ਼ ਆ ਦੈਟ ਮੇਰੀ ਪਰਫੋਰਮੈਂਸ ਹਰੇਕ ਗੇਮ ਵਧੀਆ ਤੋਂ ਵਧੀਆ ਹੋ ਜਾਂਦੀ ਆ, ਅਤੇ ਹੁਣ ਵੀ ਮੈਂ ਫਸਟ ਟੀਮ ਨਾਲ ਟ੍ਰੇਨਿੰਗ ਕਰਦਾ ਹਾਂ ਇਸ ਵੇਲੇ, ਸੋ ਗੁੱਡ ਗੁੱਡ ਪ੍ਰੋਗਰੈਸ ਆ ਸੋ ਫਾਰ। ਡੈਰਕ ਵਾਈਟ ਕੈਪਸ ਦਾ ਖੇਡਦਾ ਹੈ ਅਤੇ 올림픽ਸ ਟੀਮ ਵਿੱਚ ਵੀ ਕੈਨੇਡਾ ਵੱਲੋਂ ਖੇਡਣਾ ਚਾਹੁੰਦਾ ਹੈ। ਹੁਣ ਨੈਕਸਟ ਈਅਰ 2012 'ਚ ਲੰਡਨ 올림픽 ਹੋਣੇ ਆ U23, ਮੈਂ ਹੁਣ ਵਿਸ਼ ਕਰਦਾ ਉੱਥੇ ਟੀਮ 'ਚ ਹੋਵਾਂ, ਅਤੇ ਉਹ ਤਾਂ ਨੈਸ਼ਨਲ ਟੀਮ ਲਈ ਆ, ਪਰ ਇਹ ਟੀਮ ਆ ਮੈਂ ਚਾਹੁੰਦਾ ਹਾਂ ਡਿਸੰਬਰ ਤੋਂ ਪਹਿਲਾਂ ਮੇਰਾ ਕੰਟਰੈਕਟ ਥੋੜ੍ਹਾ ਚੇਂਜ ਹੋ ਜਾਵੇ ਅਤੇ MLS ਕੰਟਰੈਕਟ ਬਣ ਜਾਵੇ, ਜਿੱਥੇ ਫਿਰ ਮੈਂ ਅਲਾਊਡ ਹਾਂ ਫਸਟ ਟੀਮ ਨਾਲ ਖੇਡਣ ਨੂੰ ਗੇਮਾਂ 'ਚ ਅਤੇ ਬੈਂਚ 'ਤੇ ਬਹਿਣ ਨੂੰ। ਖਾਣਾ ਪੀਣਾ ਗੁੱਡ, ਆਪਣੀ ਬੋਡੀ ਦੀ ਟੇਕ ਕਰੋ, ਅਤੇ ਸਭ ਤੋਂ ਜ਼ਿਆਦਾ ਆਪਣੀ ਫੈਮਿਲੀ ਦੀ ਰਿਸਪੈਕਟ ਕਰੋ, ਉਹ ਸੋਲੀ ਸਭ ਕੁਛ ਕਰਦੇ ਆ। ਹਾਂ, ਸਾਨੂੰ ਚਾਂਸ ਮਿਲਿਆ ਕੁਛ ਪਲੇਅਰ ਬਣੂ, ਟਰਾਈ ਯੋਰ ਬੈਸਟ, ਡੋਂਟ ਗਿਵ ਅਪ, ਰਾਈਟ, ਅਤੇ ਬਾਕੀ ਸਭ ਰੱਬ ਰੱਖਾ ਆ। ਵਾਈਟ ਕੈਪਸ ਹੁਣ ਮੇਜਰ ਲੀਗ ਸੌਕਰ ਵਿੱਚ ਖੇਡਦੇ ਹਨ। ਵਾਈਟ ਕੈਪਸ 1974 ਤੋਂ ਹੋਂਦ ਵਿੱਚ ਆਏ ਅਤੇ ਪਹਿਲਾਂ ਨੌਰਥ ਅਮੈਰੀਕਨ ਸੌਕਰ ਲੀਗ ਵਿੱਚ ਖੇਡਦੇ ਰਹੇ, ਫਿਰ USSF, ਕੈਨੇਡੀਅਨ ਅਤੇ ਯੂਨਾਈਟਿਡ ਸੌਕਰ ਲੀਗਸ ਵਿੱਚ ਖੇਡਦੇ ਰਹੇ। ਹੁਣ ਵਾਈਟ ਕੈਪਸ ਨੇ 2011 ਵਿੱਚ MLS ਵਿੱਚ ਸ਼ੁਰੂਆਤ ਕੀਤੀ ਹੈ। ਇਸ ਨਾਲ ਸੌਕਰ ਦੀ ਇਸ ਖੇਡ ਨੂੰ ਕੈਨੇਡਾ ਵਿੱਚ ਹੋਰ ਵੀ ਹੁੰਗਾਰਾ ਮਿਲਣ ਦੀ ਆਸ ਹੈ। ਅਨਲਾਈਕ ਦ ਓਲਡ NASL ਡੇਸ ਦੈਟ ਦ ਵਾਈਟ ਕੈਪਸ ਓਰੀਜਨਲੀ ਪਲੇਡ ਇਨ, ਵੇਅਰ ਦੇਰ ਵਾਸ ਅ ਲੋਟ ਆਫ ਇਨਸਟੈਬਿਲਿਟੀ, ਦੇਰ ਵਾਸਨਟ ਰੀਲੀ ਅ ਫਾਊਂਡੇਸ਼ਨ। ਆਈ ਥਿੰਕ MLS ਹੈਵ ਡਨ ਅ ਗ੍ਰੇਟ ਜੌਬ ਆਫ ਐਸਟੈਬਲਿਸ਼ਿੰਗ ਅ ਫਾਊਂਡੇਸ਼ਨ, ਐਂਡ the investment to get into MLS now is significant. Franchise fee is significant, the building of a stadium is significant, so I think what we've got is longevity, and the sport, professional soccer in North America, is here to stay. And does that mean it's going to rival the NHL or the NBA? No, it's not, but there's a
there's a place in the sports hierarchy for professional soccer, and evidenced here in Vancouver. We're averaging just under 20,000 people a game. We're moving down to a brand new building, or at least not a brand new building, but a refurbished building in October. And I think with the transit hub that we have downtown, that it's only going to get bigger than what it is right now. I can appreciate it a lot more now. That's why I'm enjoying the moments that we're in now, because as a 20-year-old, I knew something special was happening. We had a fantastic squad. We had a great relationship with the crowd, which you realise even more now. But the players and the fans were very close. Any functions, there was always great turnout by the players, great turnout by the fans, and obviously a great following at Empire Stadium. And the year just seemed to gather more and more momentum. The team was doing well. We seemed to have all the ingredients to put a championship team together.